ਸਾਜ ਕੇ ਸਾਰਿਆਂ ਨੂੰ ਹਾਲ ਚਾਲ ਸਵਾਗਤ ਹੈ ਗੱਲਾਂ ਬਾਤਾਂ ਦੇ ਰੋਮਾਂਚਕ ਸੁਨੇਹੋ ਸੀਰੀਜ਼ ਦੇ ਵਿੱਚ ਸਵਾਗਤ ਹੈ। ਚਲੋ ਸੁਨੇਹਾਂ ਦਾ ਵਲੌਗ ਫਾਈਨਲੀ ਆ ਹੀ ਗਿਆ। ਪਹਿਲਾਂ ਵਿਚਾਰੀ ਨੇ ਵਲੌਗ ਪਾਇਆ, ਅਮੈਰੀਕਾ ਗਈ ਵਿਚਾਰੀ ਪਹਿਲੀ ਵਾਰੀ, ਪਹਿਲਾ ਵਲੌਗ ਹੀ ਡਿਲੀਟ ਕਰਨਾ ਪੈ ਗਿਆ। ਵੇਖਿਆ ਇਹ ਟੂ ਮੱਚ ਐਕਸਾਈਟਮੈਂਟ ਹੋ ਜਾਂਦੀ ਹੈ ਨਾ ਜਦੋਂ ਆਈ ਹੁੰਦਾ। ਉਹ ਆਖਦੇ ਹੋਣਗੇ ਵਾਕਈ ਵਲੌਗਾਂ ਦਾ ਬੇੜਾ ਗਰਕ, ਸਾਡੀ ਪਰਸਨਲ ਲਾਈਫ ਦੇ ਵਿੱਚ ਵੜ ਕੇ ਸਾਡਾ ਹੀ ਬੇੜਾ ਗਰਕ ਕਰ ਗਈ ਸਾਡੇ ਘਰ ਆ ਕੇ। ਜਿੰਨਾ ਘਰ ਗਈ ਸੀ ਉਹ ਚੈਨੀ ਖੈਨੀ ਦਾ ਪੈਕਟ ਪਿਆ ਸੀ ਉਹਦੇ 'ਤੇ, ਫੁੱਲਾਂ ਦੇ ਉੱਤੇ, ਮੈਨੂੰ ਵੀ ਕਮੈਂਟਾਂ 'ਚ ਪਤਾ ਲੱਗਿਆ। ਫਿਰ ਇਹਨੇ ਵਲੌਗ ਡਿਲੀਟ ਕਰਕੇ ਦੁਬਾਰਾ ਪਾਤਾ। ਹੁਣ ਜਦੋਂ ਸ਼ੀਸ਼ੇ 'ਤੇ ਬਣਾਈ ਨੇ, ਸ਼ੀਸ਼ੇ ਦੇ ਵਿੱਚ ਫਿਰ ਪਿੱਛੇ ਫੁੱਲ ਵਿਖੀ ਜਾਂਦੇ, ਚੈਨੀ ਖੈਨੀ ਆਲਰੇਡੀ ਪਤਾ ਲੱਗ ਰਿਹਾ ਚੈਨੀ ਖੈਨੀ। ਵਿਚਾਰੀ ਨੇ ਵਲੌਗ ਡਿਲੀਟ ਕਰਕੇ ਦੁਬਾਰਾ ਅਪਲੋਡ ਕੀਤਾ, ਤੁਹਾਨੂੰ ਐਂ ਨਹੀਂ ਪਤਾ ਵੀ ਯੂਟਿਊਬ ਦੇ ਵਿੱਚੋਂ ਵੀ ਚੀਜ਼ ਕੱਟੀ ਜਾਂਦੀ ਅਪਲੋਡ ਕੀਤੀ ਕਿਤੇ, ਇਹ ਚੀਜ਼ ਵਿਜੇ ਲਵਾਨ 'ਚ ਬਿਜ਼ੀ ਰਹਿ ਜਾਂਦੇ ਆ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੇ ਪਤਾ ਹੋਵੇ ਤਾਂ ਠੀਕ ਆ। ਫਿਰ ਗਾਂ ਤੋਂ ਕਿਸੇ ਤੋਂ ਵੀ ਇਹੋ ਜਿਹੀ ਗਲਤੀ ਹੁੰਦੀ ਆ ਤਾਂ ਟ੍ਰਿਮ ਹੋ ਜਾਂਦਾ ਪਾਰਟ, ਜਿਹੜੇ ਟ੍ਰਿਮ ਪਾਰਟ ਤੁਸੀਂ ਨਹੀਂ ਚਾਹੁੰਦੇ ਰੱਖਣਾ ਉਹ ਟ੍ਰਿਮ ਹੋ ਜਾਂਦਾ। ਮੈਂ ਵੀ ਇੱਕ ਵਾਰੀ, ਤੁਹਾਨੂੰ ਪਤਾ ਹੋਊਗਾ ਮੈਂ ਵਰਡ ਯੂਜ਼ ਕੀਤਾ ਸੀ, ਪਰ ਮੈਂ ਉਹ ਟ੍ਰਿਮ ਕਰਤਾ ਸੀ, ਮੈਂ ਵੀ ਪਾਰਟ ਉਹ, ਇਹਨੂੰ ਪਤਾ ਹੀ ਨਹੀਂ, ਪਹਿਲਾਂ ਡਿਲੀਟ ਮਾਰਤਾ ਫਿਰ ਦੁਬਾਰਾ ਫਿਰ ਅਪਲੋਡ ਕਰਤਾ। ਚਲੋ ਉਹਦੇ 'ਚ ਵੀ ਲਿਖੀ ਜਾਂਦੀ ਹੈ, ਇਹਨੂੰ ਬਲਰੀ ਨਾ ਕਰਨਾ ਆਇਆ। ਸੋ ਆਓ ਚੱਲੀਏ ਗੱਲਾਂ ਬਾਤਾਂ। ਹੈਪੀ ਦਿਵਾਲੀ, ਤੇਰੀ ਦਿਵਾਲੀ ਹੋਣਾ ਹੀ ਆ। ਕਿਹੜਾ ਨਸ਼ਾ ਕਰਦਾ ਫੜ ਲਿਆ ਮੈਨੂੰ, ਲੈ ਰੋਂਗ ਐਲੀਗੇਸ਼ਨਸ, ਆਹੋ ਰੋਂਗ ਨੂੰ ਬੜਾ। ਹਾਂਜੀ ਗਾਈਸ, ਵੈਲਕਮ ਹੈ ਤੁਹਾਡੇ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ, ਤੇ ਮੇਰੇ ਵੱਲੋਂ ਹੈਪੀ ਦਿਵਾਲੀ ਤੁਹਾਡੇ ਸਾਰਿਆਂ ਨੂੰ, ਤੁਹਾਡੇ ਸਾਰਿਆਂ ਦਾ ਆਉਣ ਵਾਲਾ ਸਾਲ ਬਹੁਤ ਜ਼ਿਆਦਾ। ਹੈਪੀ ਦਿਵਾਲੀ ਠੀਕ ਆ, ਖੜੀ ਕਿੱਥੇ ਵਲੌਗ ਬਣਾਈ ਜਾਂਦੀ ਹੈ, ਇਹ ਕਿੱਥੇ ਘਲਤਾ ਤੈਨੂੰ ਉਹਨਾਂ ਨੇ ਕਿ ਉਹਨਾਂ ਘਰੇ ਰਹੀ ਜਾਂਦੀ ਹੈ। ਰੋਂਗ ਐਲੀਗੇਸ਼ਨ ਤਾਂ ਕੀ ਹੈ ਵੈਸੇ, ਓਬਵੀਅਸ ਗੱਲ ਹੈ ਕਿਸੇ ਨੂੰ ਤਾਂ ਹੁਣ ਅਸੈਪਟ ਕਰਨਾ ਹੀ ਪੈਣਾ ਹੈ ਨਾ, ਵੀ ਉਹ ਕਿਸੇ ਦਾ ਚੈਨੀ ਖੈਨੀ ਜਾਂ ਜੋ ਵੀ ਸੀ, ਕੀ ਸੀ, ਚੈਨੀ ਖੈਨੀ ਸੀ ਸ਼ਾਇਦ ਹੈ ਨਾ, ਵੀ ਕਿਸੇ ਦਾ ਪੈਕਟ ਤਾਂ ਸੀਗਾ, ਓਬਵੀਅਸ ਜੀ ਗੱਲ। ਹੁਣ ਦੀਦੀ ਥੋੜ੍ਹੀ ਆਖੂਗੀ ਤੇਰੀ ਵੀ ਮੇਰਾ ਸੀਗਾ, ਨਾ ਤੂੰ ਆਖਣ ਵਾਲੀ, ਓਬਵੀਅਸ ਗੱਲ। ਫਿਰ ਭਾਅ ਜੀ ਤਾਂ ਹੁਣ ਪਤਾ ਨਹੀਂ ਵਲੌਗ 'ਚ ਆਊਗਾ ਕਿ ਨਹੀਂ ਆਉਂਦਾ, ਗਾਂ ਵੇਖਦੇ ਹਾਂ। ਤਾਂ ਐਂ ਵੀ ਕਹਿ ਸਕਦੇ ਹਾਂ ਸ਼ੂਟਿੰਗ ਲਈ ਵਰਤਿਆ ਸੀ। ਮੈਂ ਜਦੋਂ ਵੀਡੀਓ ਬਣਾਉਂਦਾ ਸੀ ਨਾ ਕਮੇਡੀ, ਮੇਰੇ ਨਾਲ ਦੇ ਮੁੰਡੇ ਸੀ, ਉਹ ਵੀ ਕੋਈ ਇੱਕ ਸੀ, ਕੋਈ ਨਾਂ ਨਹੀਂ ਲੈਂਦਾ, ਕੋਲੇ ਪਲਾਉਂਦੇ ਸੀ, ਉਹ ਵੀ ਹੈ ਸੀ ਕੋਈ ਬੰਦਾ, ਅਤੇ ਉਹਨਾਂ ਦੇ ਘਰ ਇੱਕ ਵਾਰੀ ਫੜੀ ਗਈ, ਉਹ ਕਹਿੰਦੇ ਰਿੰਪਲ ਦੀ ਵੀਡੀਓ 'ਚ ਸ਼ੂਟ ਕੀਤਾ ਸੀ ਅਤੇ ਉਹਦੇ ਚਾਹੀਦੇ। ਮੈਂ ਖੇੜਾ ਛੱਡਿਆ ਭਰਾਵਾ, ਮੈਂ ਨਹੀਂ ਇਹੋ ਜਿਹੇ ਬੰਦੇ ਰੱਖਣੇ, ਇਹ ਤਾਂ ਆਪਦੇ 'ਤੇ ਡਿਪੈਂਡ ਹੁੰਦਾ ਯਾਰ। ਸਰਕਲ ਮੇਰਾ ਵੀ ਬਹੁਤ ਮਾੜਾ ਸੀ, ਪਰ ਮੈਂ ਕਦੇ ਜ਼ਿੰਦਗੀ 'ਚ ਕਦੇ ਗਲਤ ਕੰਮ ਨਹੀਂ ਕੀਤਾ, ਨਸ਼ਾ ਪੱਤਾ ਜਾਂ ਜੋ ਵੀ ਆ। ਹੁਣੇ ਆਉਣ ਵਾਲਾ ਸਾਲ, ਡੇਢ ਮਹੀਨਾ ਪਹਿਲਾਂ ਹੀ ਵਧਾਈਆਂ ਆਉਣ ਵਾਲਾ ਸਾਲ, ਪਹਿਲਾਂ ਦੀਵਾਲੀ ਤਾਂ ਟੱਪ ਜੇ, ਮੱਥਾ ਤਾਂ ਟੱਪੀ ਆ, ਹੁਣ ਹਲੇ ਹੋਰ ਵੀ ਬਥੇਰਾ ਕੁਛ ਪਿਆ ਟੱਪਣ ਵਾਲਾ ਹੋਇਆ, ਤਾਂ ਪਹਿਲਾਂ ਨਵੰਬਰ ਤਾਂ ਟੱਪ ਜੇ ਆਉਣ ਵਾਲਾ ਸਾਲ, ਖਾਣ ਪੀਣ ਆ ਗਏ, ਚਲੋ ਆਪਾਂ ਇੱਥੇ ਵਲੌਗ ਸਟਾਰਟ ਕਰ ਲੈਂਦੇ ਆ। ਤੇ ਗਾਈਸ ਹੁਣ ਆਪਾਂ ਚੱਲੇ ਸੀਗੇ ਘਰੇ, ਤੇ ਮੈਂ ਗੱਲ ਕਰਨੀ ਸੀਗੀ ਪਿਛਲੇ ਵਲੌਗ ਦੀ। ਸਾਰੇ ਕਹਿ ਰਹੇ ਆ ਕਿ ਇਹ ਵਲੌਗ ਇਹਨੇ ਡਿਲੀਟ ਕਰਤਾ, ਕਦੀ ਇਸ ਰੀਜ਼ਨ ਕਰਕੇ, ਕਦੀ ਉਸ ਰੀਜ਼ਨ ਕਰਕੇ। ਮੇਰਾ ਵਲੌਗ ਡਿਲੀਟ ਨਹੀਂ ਮੈਂ ਕੀਤਾ, ਮੈਂ ਅੱਗੇ ਫੋਟੋ ਵੀ ਲਾਉਂਗੀ। ਜਿਹੜੇ ਤਾਂ ਯੂਟਿਊਬ ਚਲਾਉਂਦੇ ਆ, ਜਿਹਨਾਂ ਨੂੰ ਮਾੜੀ ਮੋਟੀ ਨੌਲੇਜ ਆ, ਉੱਥੇ ਆਇਆ ਹੋਇਆ ਰਿਸਟ੍ਰਿਕਸ਼ਨ, ਤੇ ਉੱਥੇ ਰੈਡ ਕਲਰ ਦਾ ਸਿੰਬਲ ਜੋ ਹੋ ਰਿਹਾ ਉਹ ਦੇਖ ਲਿਓ। ਤੇ ਡਿਲੀਟ ਕਿਹਨੂੰ ਕਹਿੰਦੇ ਆ, ਉਹਨਾਂ ਨੂੰ ਵੀ ਪਤਾ ਹੀ ਹੋਣਾ ਆ ਜਿਹੜੇ ਮਤਲਬ ਸਾਰੇ ਯੂਟਿਊਬ ਯੂਜ਼ ਕਰਦੇ ਆ। ਤੇ ਲੋਕੀ ਕਹਿ ਰਹੇ ਉਹ ਚੈਨੀ ਖੈਣੀ ਦਾ ਪੈਕੇਟ ਆਇਆ ਸੀਗਾ ਉਹਦੇ ਕਰਕੇ ਡਿਲੀਟ ਕਰਤਾ। ਮੈਂ ਨਸ਼ਾ ਕਰਦੀ ਆ, ਜਿਵੇਂ ਕਰਦੇ ਵੀ ਆ ਤੇ ਤੁਹਾਡੇ ਮਾੜੇ ਸੋਚ ਵਾਲਿਓ, ਮੈਂ ਚੈਨੀ ਖੈਣੀ ਲਾਉਂਦੀ ਹੋਊਂਗੀ। ਕੁਛ ਕਿੰਨੀ ਹੁੰਦੀ ਨਾ ਚੈਨੀ ਖੰਡੀ ਦੇ ਨਾਂ ਤੋਂ, ਮੈਂ ਚੈਨੀ ਖੰਡੀ ਲਾਉਂਦੀ ਹੋਊਂਗੀ, ਮੈਂ ਠਹਿਰੀ ਦਾਰੂ ਪੀਣ ਵਾਲੀ, ਮੈਂ ਕਦੇ ਨਹੀਂ ਆਪਾਂ ਕਿਉਂ ਬਦਨਾਮ ਕਰਨਾ। ਇਹ ਦੇਖੋ ਵਿਖਾ ਕੇ ਤੁਸੀਂ ਜੇ ਗੰਦ ਬੋਲਣਾ ਹੀ ਆ ਤੇ ਫਿਰ ਐਟਲੀਸਟ ਕਿਸੇ ਚਾਹੀਦੀ ਚੀਜ਼ ਨਾਲ ਤੇ ਕੰਪੇਅਰ ਕਰਕੇ ਕਹਿ ਦੋ। ਮੈਂ ਇੰਡੀਆ ਵੀ ਸੀਗੀ, ਮੇਰੇ ਰੂਮ 'ਚ ਹੁਣ ਕਿ ਮੇਰੇ ਫਾਦਰ ਨੂੰ ਸ਼ੌਂਕ ਆ ਬੋਟਲਸ ਦਾ, ਹਨਾ, ਉਹ ਰੱਖਦੇ ਆ ਵਿਸਕੀ ਦੀਆਂ ਬੋਟਲਸ। ਤੁਸੀਂ ਉਦੋਂ ਤਾਂ ਕਦੀ ਨਹੀਂ ਕਿਹਾ ਵੀ ਸਨੇਹਾ ਇਹ ਤੂੰ ਪੀਣੀ ਹੋਊਗੀ। ਸੋ ਇਹ ਚੀਜ਼ਾਂ ਬੋਲਣ ਤੋਂ ਪਹਿਲਾਂ 3600 ਵਾਰੀ ਸੋਚਿਆ ਕਰੋ ਕਿ ਆਪਾਂ ਕਿਸੇ ਨੂੰ ਕੀ ਬੋਲਣ ਲੱਗੇ ਆ। ਉਹੋ ਜਿਹੇ ਵੀ ਲੋਕੀ ਹੈਗੇ ਆ ਜਿਨ੍ਹਾਂ ਨੇ ਵਲੌਗ ਦੇਖ ਕੇ ਚੰਗੇ ਕਮੈਂਟ ਵੀ ਕੀਤੇ ਆ ਕਿ ਹਾਂ ਤੂੰ USA ਆਈ ਆ, ਕੰਗ੍ਰੈਚੁਲੇਸ਼ਨਸ। ਮੈਂ ਉਹ 'ਚ ਦਿਖਾਇਆ ਵੀ ਆ ਕਿ ਦੀਦੀ ਨੇ ਸਾਰਾ ਬੈਡਰੂਮ ਤਿਆਰ ਕਰਵਾਇਆ ਆ, ਉਹਨਾਂ ਦੀ ਲੇਬਰ ਆਈ ਹੋਈ ਸੀਗੀ, ਉਹਨਾਂ ਵਿੱਚੋਂ ਕਿਸੇ ਦੀ ਪਈ ਸੀ। ਜਦੋਂ ਮੈਂ ਵੀ ਧਿਆਨ ਦਿੱਤਾ ਲੇਬਰ, ਕਹਿੰਦੀ ਲੇਬਰ ਆਈ ਹੋਈ ਸੀ। ਆਹੋ ਦੀਦੀ ਦੇ ਬੜੇ ਟਰਾਲੇ ਚੱਲਦੇ ਨੇ, ਰੋਜ਼ ਹੀ ਟਾਇਰ ਖੁੱਲ੍ਹੇ ਰਹਿੰਦੇ ਉਹਦੇ, ਲੇਬਰ ਆਈ ਸੀ ਉਹਨਾਂ ਦੀ। ਕਿਸੇ ਕਿਹੜੀ ਲੇਬਰ ਹੈ, ਦੀਦੀ ਦੇ ਫੁੱਲਾਂ ਦੇ ਬੁੱਕੇ ਦੇ ਉੱਤੇ ਕਿਆ ਨਿਖਣੀ ਰੱਖ ਜੂ, ਜ਼ਰਾ ਸਰ ਝੂਠ ਬੋਲ ਰਹੀ ਹੈ, ਲੇਬਰ ਆਈ ਹੋਈ ਸੀ। ਬਹਾਨਾ ਵੇਖ ਮਾਰਿਆ, ਪਰ ਭਾਅ ਜੀ ਨੂੰ ਕਰ ਮੂਹਰੇ ਕਿੱਥੇ ਤੇਰਾ ਭਾਅ ਜੀ ਹੈ। ਲੇਬਰ ਆਈ ਹੋਈ ਸੀਗੀ, ਉਹਨਾਂ 'ਚੋਂ ਕਿਸੇ ਦੀ ਹੋਊਗੀ ਯਾਰ। ਕਿਹੜੀ, ਮੰਨ ਲਓ 1% ਤੁਹਾਡੇ ਘਰ ਕੋਈ, ਤੁਹਾਡੀ ਘਰ ਵਾਲੀ ਲਾ ਲਓ ਜਾਂ ਭੈਣ ਲਾ ਲਓ, ਉਹਦਾ ਕੋਈ ਫੁੱਲਾਂ ਦਾ ਬੁੱਕੇ ਪਿਆ ਕਿੱਡਾ ਸੋਹਣਾ ਘਰ 'ਚ, ਲੇਬਰ ਵਾਲਾ ਕੀ ਉੱਥੇ ਮੇਖਾਂ ਠੋਕਦਾ, ਉਹ ਕੋਲੇ ਪੈਂ ਸੱਟ ਦੂਗਾ, ਚੈਨੀ ਖੈਨੀ ਉੱਤੇ ਸੱਟ ਦੂਗਾ, ਫੁੱਲਾਂ ਦੇ ਬੁੱਕੇ ਦੇ ਉੱਤੇ। ਲੇਬਰ ਆਈ ਹੋਈ ਸੀ,
ਬਸ ਸੋਚ ਸੋਚ ਕੇ ਰੈਸਟ੍ਰਿਕਸ਼ਨਸ ਦਿਖਾ ਕਿਹੜੀ ਹੈ ਤੇਰੀ ਆਇਆ ਤੇਰਾ ਕਾਪੀਰਾਈਟ ਭਾਜੀ ਨੇ ਵੀ ਧਿਆਨ ਨਹੀਂ ਦਿੱਤਾ ਦੀਦੀ ਨੇ ਵੀ ਧਿਆਨ ਨਹੀਂ ਦਿੱਤਾ ਜਦੋਂ ਤੁਹਾਡੇ ਕਮੈਂਟਸ ਆਏ ਤਾਂ ਮੈਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਿਲੇਬਰ ਦੀ ਰਹਿ ਗਈ ਹੋਏਗੀ ਤੇ ਸੁਨੇਹਾ ਇੰਨੀ ਵੀ ਕੀ ਗੱਲ ਹੋ ਗਈ ਇੱਥੇ ਲੋਕੀ ਹੈਗੇ ਆ ਹੁਣ ਜਿਹੜੇ ਇੱਥੇ ਲੇਬਰ ਵਰਕ ਵਗੈਰਾ ਕਰਦੇ ਆ ਭਾਜੀ ਕੀ ਕਰਦਾ ਜੋ ਵੀ ਐਕਸ ਵਾਈ ਜ਼ੈਡ ਬਟ ਤੁਸੀਂ ਇਹ ਦੇਖੋ ਜੇ ਤੁਸੀਂ ਦੇਖ ਹੀ ਲਈਏ ਨਾ ਹੂਆ ਮਚਾਉਣ ਵਾਲੀ ਤੇ ਕੋਈ ਗੱਲ ਹੀ ਨਹੀਂ ਸੀਗੀ ਕਿ ਤੁਸੀਂ ਉਸ ਚੀਜ਼ ਬਾਰੇ ਕਮੈਂਟ ਕਰੀ ਜਾਓ ਮੈਨੂੰ ਵੀ ਜੇ ਤੁਸੀਂ ਕਰਦੇ ਹੋ ਫਿਰ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਹੋਊਗੀ ਜਦੋਂ ਮੈਂ ਰੋਮਾਂਚਿਕ ਪ੍ਰੋਗਰਾਮ ਕੀਤਾ ਮੈਂ ਗੌਰ ਨਹੀਂ ਕੀਤਾ ਹਨਾ ਮੈਂ ਨੋਰਮਲ ਵੇਖ ਲਿਆ ਬੁੱਕੇ ਪੈ ਠੀਕ ਆ ਪਰ ਜਨਤਾ ਫੜ ਲੈਂਦੀ ਆ ਜਨਤਾ ਨੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚੋਂ ਵੀ ਹੋਰ ਰੋਮਾਂਚਿਕ ਕਰਤਾ ਫਿਰ ਮੈਂ ਕਿਹਾ ਚਲੋ ਗੱਲ ਕਰਨੀ ਤਾਂ ਪੈਂਦੀ ਆ ਕੀਤੀ ਜਾਓ ਜੇ ਤੁਸੀਂ ਸਪੈਸ਼ਲੀ ਉਹ ਲਿਖਿਆ ਆ ਠੀਕ ਆ ਤੇ ਥੋੜਾ ਜਿਹਾ ਸੋਚ ਕੇ ਕਮੈਂਟ ਕਰਿਆ ਕਰੋ ਵੀ ਕੀ ਲਿਖਣਾ ਆ ਕੀ ਨਹੀਂ ਕਿਸੇ ਦਾ ਕੀ ਐਲੀਗੇਸ਼ਨ ਲਾਣਾ ਆ ਤੂੰ ਚੈਣੀ ਖੜੀ ਲਾਉਂਦੀ ਫੜ ਗਈ ਆਹੋ ਮੈਂ ਚੈਣੀ ਖੜੀ ਲਾਉਂਦੀ ਆ ਬਟ ਨੌਨਸੈਂਸ ਗੱਲਾਂ ਕਰਦੇ ਹੋ ਯਾਰ ਤੁਸੀਂ ਬਾਕੀ ਜਿਨ੍ਹਾਂ ਨੇ ਫਾਲਤੂ ਕਮੈਂਟ ਨਹੀਂ ਕੀਤੇ ਉਹਨਾਂ ਲਈ ਦਿਲੋਂ ਥੈਂਕ ਯੂ ਆ ਜਿਨ੍ਹਾਂ ਨੇ ਆਹ ਚੀਜ਼ ਅਵੋਇਡ ਉਹਨਾਂ ਲਈ ਦਿਲੋਂ ਥੈਂਕ ਯੂ ਆ ਉਹ ਵੀ ਸੱਟਾ ਯਾਰ ਸੱਟਾ ਓ ਸੋਰੀ ਸੱਚ ਮਾਈ ਮਿਸਟੇਕ ਗਾਇਸ ਐਕਸਟੈਂਸ਼ਨ ਵਿਖਾਉਂਦੀ ਫਿਰਦੀ ਸੀ ਦਿਲੋਂ ਥੈਂਕ ਯੂ ਆ ਵਿਖਾ ਤੇਰਾ ਦੀਦੀ ਤੇ ਭਾਜੀ ਕਿੱਥੇ ਹੋ ਉਹਨਾਂ ਦੀ ਗੱਲ ਵਲੌਗਾਂ ਚ ਕਿਉਂ ਹਟ ਗਏ ਕੋਈ ਇਲਾਜ ਨਹੀਂ ਆ ਬਾਕੀ ਜਿਨ੍ਹਾਂ ਨੇ ਕੰਗ੍ਰੈਚੁਲੇਸ਼ਨਸ ਕੀਆ ਸੀ ਉਹਨਾਂ ਨੂੰ ਵੀ ਥੈਂਕ ਯੂ ਤੇ ਉਹ ਵਲੌਗ ਕਿਸੇ ਰੀਜ਼ਨ ਕਰਕੇ ਰਿਸਟ੍ਰਿਕਟ ਹੋ ਗਿਆ ਸੀਗਾ ਉਹ ਮੈਂ ਅੱਗੇ ਫੋਟੋ ਲਾ ਦੂੰਗੀ ਮੈਨੂੰ ਨਾਲ ਨਹੀਂ ਤੇ ਬਾਕੀ ਤੁਸੀਂ ਇਹ ਦੀਵਾਲੀ ਦਾ ਵਲੌਗ ਹੈਗਾ ਤੁਸੀਂ ਇੰਜੋਏ ਕਰੋ ਤੇ ਆਪਾਂ ਬਹੁਤ ਜਲਦੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਚੱਲ ਇੰਜੋਏ ਨੂੰ ਅਸੀਂ ਫੁੱਲ ਚੜੀਆਂ ਚਲਾਈਏ ਤੂੰ ਰਿਸਟ੍ਰਿਕਸ਼ਨਸ ਜਿਹੜੀ ਆਈ ਉਹ ਵਿਖਾ ਕਾਹਦੀ ਆਈ ਉਹਦੇ ਵਿੱਚ ਖੋਲ ਕੇ ਦੱਸੀ ਵੀ ਕਿਸ ਗਾਣੇ ਤੇ ਕਾਪੀਰਾਈਟ ਆਇਆ ਜਾਂ ਕੀ ਆਇਆ ਯੂਟਿਊਬ ਅਸੀਂ ਵੀ ਸਾਨੂੰ ਥੋੜੀ ਥੋੜੀ ਚਲਾਉਣੀ ਆਉਂਦੀ ਹਜੇ ਬਾਹਲੀ ਨਹੀਂ ਆਉਂਦੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਗੱਲ ਉਹ ਬਾਕੀ ਆ ਗਈ ਉਹ ਟਰਮ ਐਂਡ ਪਾਲਿਸੀ ਕੈਨੇਡਾ ਟੂ ਯੂਐਸ ਕਾਹਦੀ ਆਈ ਆ ਇਹ ਤਾਂ ਦਿਖਾ ਸਕਰੀਨਸ਼ੋਟ ਲਾ ਤਾ ਸਾਡੇ ਟਰਮ ਐਂਡ ਪਾਲਿਸੀ ਕਾਹਦੀ ਆਈ ਹੈ ਤੂੰ ਕੋਈ ਗਾਣਾ ਤਾਂ ਲਾਇਆ ਨਹੀਂ ਵਿੱਚ ਇਹਦੇ ਨਾ ਕੁਛ ਕੀਤਾ ਇਹ ਐਂ ਕਿਵੇਂ ਹੋ ਸਕਦਾ ਬਲੌਕ ਇਸ਼ੂ ਤਾਂ ਹੋ ਸਕਦਾ ਕੋਈ ਕਮੈਂਟ ਜੀਰੋ ਹੀ ਆ ਕੀ ਅੱਛਾ ਕਮੈਂਟ ਔਫ ਰੱਖ ਦਿਓ ਤੁਸੀਂ ਹੋ ਗਿਆ ਹੋਣਾ ਭਰਾਵਾ ਕੋਈ ਗੱਲ ਨਹੀਂ ਪਰ ਇਹ ਵੀ ਸਹੀ ਹੋ ਜਾਂਦੀ ਤੈਨੂੰ ਪਤਾ ਬਿਨਾਂ ਡਿਲੀਟ ਕੀਤੇ ਇਹਨੂੰ ਇਹ ਵੀ ਨਹੀਂ ਪਤਾ ਹੋਣਾ ਇਹਨੂੰ ਕਿੱਥੇ ਯੂਟਿਊਬ ਚਲਾਉਣੀ ਆਉਂਦੀ ਸਾਨੂੰ ਤਾਂ ਆਪਣੀ ਆਉਂਦੀ ਸਾਨੂੰ ਤਾਂ ਮਾੜਾ ਮੋਟਾ ਹੀ ਪਤਾ ਬਸ ਸੋ ਗਾਈਜ਼ ਆਪਾਂ ਅੱਗੇ ਹੋਏ ਸੀਗੇ ਘਰੇ ਆ ਕੇ ਆਪਾਂ ਚੇਂਜ ਚੂੰਜ ਕੀਤਾ ਕੀ ਪਤਾ ਡਿਟ ਕਰ ਲਿਆ ਹੋਵੇ ਪੋਸਟ ਦੀਦੀ ਕਹਿੰਦੇ ਕਿ ਆਪਾਂ ਸਾਰੇ ਚੱਲਦੇ ਹਾਂ ਗੋਲਫ ਖੇਡਣ ਔਰ ਆਪਾਂ ਸਾਰੇ ਰੈਡੀ ਹੋ ਗਏ ਹਾਂ ਦੀਦੀ ਵੀ ਰੈਡੀ ਹੋ ਗਿਆ ਭਾਜੀ ਵੀ ਰੈਡੀ ਹੋ ਗਿਆ ਮੈਂ ਵੀ ਰੈਡੀ ਹੋ ਗਈ ਹਾਂ ਮੈਂ ਜ਼ਿਆਦਾ ਰੈਡੀ ਨਹੀਂ ਹੋਈ ਦੀਦੀ ਮੈਨੂੰ ਦੀਦੀ ਦੇ ਹੱਥਾਂ ਦਾ ਉਹਨੇ ਬਾਹਰਲੇ ਪਾਸੇ ਭੇਜਤਾ ਕਿਤੇ ਸ਼ੀਸ਼ੇ ਤੂੰ ਉਸ ਸ਼ੀਸ਼ੇ 'ਚ ਵਲੋਗ ਨਾ ਬਣਾਈ ਚੱਲ ਬਾਹਰ ਇੱਥੋਂ ਮੇਰੀਆਂ ਵੈਂਟੀਆਂ ਵਿਖਾਉਂਦੀ ਕੀ ਯਾਰ ਨਜ਼ਰ ਵਾਕਈ ਲੱਗ ਗਈ ਦੀਦੀ ਅਤੇ ਭਾਜੀ ਨੂੰ ਤਾਂ ਭਾਜੀ ਤਾਂ ਵਿਚਾਰਾ ਹੀ ਕਰਦਾ ਹੋਣਾ ਭਾਜੀ ਕਹਿੰਦਾ ਹੋਣਾ ਪੈਕਟ ਵਾਲਾ ਤਾਂ ਮੈਂ ਪੋਪਲਾ ਵੀ ਨਹੀਂ ਖਾਣਾ ਹੁਣ ਕੋਈ ਪੈਕਟ ਦੀ ਤਾਂ ਗੱਲ ਹੀ ਨਾ ਕਰੋ ਮੇਰੇ ਨਾਲ ਕੋਈ ਕੀ ਬਾਹਰ ਹੀ ਖੜਾ ਤੀ ਕਿਸੇ ਪਾਸੇ ਸ਼ੀਸ਼ਾ ਲਾ ਕੇ ਵੀ ਇੱਥੇ ਬਣਾ ਲਿਆ ਕਰ ਵਲੋਗ ਆਪਦਾ ਇੱਦਾਂ ਹੀ ਬਸ ਐਂਡ ਕਾਉਂਟ ਕਲਾ ਕੇ ਇੱਦਾਂ ਹੀ ਚੱਲੇ ਆ ਆਪਾਂ ਤੇ ਦੀਦੀ ਹੁਣੀ ਰੈਡੀ ਹੋਏ ਆ ਭਾਜੀ ਵੀ ਰੈਡੀ ਹੋਏ ਆ ਤੁਹਾਨੂੰ ਆਪਾਂ ਬਾਹਰ ਜਾ ਕੇ ਸਾਰਿਆਂ ਨਾਲ ਮਿਲਾਉਂਦੇ ਆ ਜਾਂ ਫਿਰ ਉੱਥੇ ਪਹੁੰਚ ਕੇ ਹਾਲੇ ਫਿਲਹਾਲ ਸਿਰਫ ਗੋਲਫ ਖੇਡਣ ਦਾ ਪਲਾਨ ਆ ਬਾਕੀ ਫਿਰ ਕਹਿੰਦੇ ਕੁਝ ਖਾ ਪੀ ਆਵਾਂਗੇ ਕਿਉਂਕਿ ਇੱਕ ਅੱਧਾ ਘੰਟਾ ਹੀ ਉੱਥੇ ਰੁਕਣ ਦਾ ਫਾਇਦਾ ਆ ਤੇ ਮੈਂ ਪਹਿਲੀ ਵਾਰੀ ਗੋਲਫ ਖੇਡਣ ਚੱਲੀ ਆ ਮੈਨੂੰ ਗੋਲਫ ਦਾ ਨਹੀਂ ਪਤਾ ਵੀ ਕੀ ਸਿਸਟਮ ਹੁੰਦਾ ਆ ਕੀ ਨਹੀਂ ਸਾਰਿਆਂ ਨਾਲ ਨਹੀਂ ਦੀਦੀ ਤੇ ਭਾਜੀ ਨਾਲ ਮਿਲਾਨੇ ਆ ਮੁੜ ਕੇ ਕਹਿੰਦਾ ਸਾਰੇ ਟਰਾਲੀ ਭਰ ਕੇ ਆਏ ਮਤਲਬ ਸਾਰੇ ਨਹੀਂ ਚਲੋ ਆਈ ਗਿਆ ਫਾਈਨਲੀ ਉਹ ਭਰਾਵਾ ਕੀ ਕਹੀਏ ਤੈਨੂੰ ਅਸੀਂ ਐਸੇ ਕਮਾਲ ਦੀ ਗੱਲ ਹੈ ਲੇਬਰ ਆਈ ਨਹੀਂ ਅੱਜ ਜਿਨ੍ਹਾਂ ਦੀ ਲਿਪ ਭੁੱਲ ਗਈ ਸੀ ਲੇਬਰ ਨਾਲ ਹੀ ਮਿਲਾ ਦਿੰਦੇ ਲੇਬਰ ਨੂੰ ਆਖਦੇ ਤਾਂ ਗਾਇਸ ਤੁਹਾਡੀ ਸੀ ਲੇਬਰ ਆਖਦੀ ਸਾਡੇ ਕੋਲ ਗਲਤੀ ਹੋਈ ਆ ਅਸੀਂ ਦੀਦੀ ਦੇ ਬੁੱਕੇ 'ਤੇ ਚੜ੍ਹ ਕੇ ਸਨਮੈਕਾ ਲਾਉਣ ਡੇ ਸੀਗੇ ਕਿਸੇ ਪਾਸੇ ਲੇਬਰ ਕੀ ਕੰਮ ਚੱਲੀ ਤਾਂ ਕੋਠੀ ਪਾਈ ਜਾਂਦੇ ਇਹ ਲੇਬਰ ਦੀ ਸੀਗੀ ਭਾਜੀ ਉਹਨਾਂ ਨਾਲ ਮਿਲਾਉਂਦੀ ਆ ਬਸ ਆਲਮੋਸਟ ਉਹ ਵੀ ਰੈਡੀ ਆ ਬਾਹਰ ਨਿਕਲਦੇ ਆ ਫਿਰ ਜੋ ਵੀ ਪਲਾਨ ਆ ਤੁਹਾਨੂੰ ਮੈਂ ਨਾਲ ਨਾਲ ਕਮਾਉਂਗੀ ਤੇ ਬਾਕੀ ਡਿਜ਼ਨੀਲੈਂਡ ਦਾ ਮੈਂ ਤੁਹਾਨੂੰ ਦੱਸਿਆ ਸੀਗਾ ਕੈਂਸਲ ਹੋ ਗਿਆ ਟਿਕਟਸ ਕਰਕੇ ਉਹ ਆਪਾਂ ਨੈਕਸਟ ਵੀਕ ਭਾਜੀ ਜਾਣਾ ਨਹੀਂ ਚਲੋ ਚਾਬੀ ਗੱਡੀ ਦੀ ਕਿੱਥੇ ਆ ਯਾਰ ਗੱਡੀ ਦੀ ਚਾਬੀ ਗੁੰਮੀ ਖੜੀ ਹੈ ਲਿਪ ਦਾ ਪੈਕਟ ਚੈਨੀ ਖੈਨੀ ਸਾਹਮਣੇ ਪਈ ਹੁੰਦੀ ਉਹ ਨਹੀਂ ਗੁੰਮੀ ਕਦੇ ਉਹ ਸੱਚ ਲੇਬਰ ਦੀ ਸੀ ਨਾ ਉਹ ਤਾਂ ਮੈਂ ਵੀ ਨਾ ਚਾਬੀ ਇਹ ਇੱਧਰ ਨੂੰ ਗਿਆ ਸੀ ਵਾਪਸ ਕਦੋਂ ਆ ਗਿਆ ਯਾਰ ਮੇਰੀ ਗੱਲ ਦਾ ਤੇ ਜਵਾਬ ਦੇ ਜੋ ਗੱਡੀ ਚਾਬੀ ਇਹਨੂੰ ਪੁੱਛੀ ਜਾਂਦੇ ਇਹ ਤਾਂ ਵਿਚਾਰੀ ਕੱਲ ਤਾਂ ਆਈ ਹੈ ਵਿਚਾਰੀ ਉਹਦਾ ਸ਼ਾਇਦ ਨੈਕਸਟ ਵੀਕ ਦਾ ਪਲਾਨ ਹੈ ਡਿਜ਼ਨੀਲੈਂਡ ਦਾ ਤੇ ਜਿੱਦਾਂ ਵੀ ਬਾਕੀ ਹੋਊਗਾ ਸ਼ਾਇਦ 90% ਸਾਡਾ ਨੈਕਸਟ ਵੀਕ ਦਾ ਪਲਾਨ ਹੈ ਨਹੀਂ ਤੇ ਫਿਰ ਨੈਕਸਟ ਮੰਥ ਬਣੇਗਾ ਤੇ ਬਾਕੀ ਮੈਂ ਤੁਹਾਨੂੰ ਦੱਸੀ ਜਾਊਂਗੀ ਨਾਲ ਨਾਲ ਜੋ ਵੀ ਪਲਾਨ ਹੋਏਗਾ ਤੁਸੀਂ ਮੇਰੇ ਨਾਲ ਚਲੋ ਸਹੀ ਗੱਲ ਹੈ ਉਹ ਰਹਿੰਦੇ ਉਹਨਾਂ ਨੇ ਕਈ ਜਿਨ੍ਹਾਂ ਨੂੰ ਨਾਲ ਲੈ ਕੇ ਜਾਏਗੀ ਸਬਸਕ੍ਰਾਈਬਰਾਂ ਨੂੰ ਕਈ ਹੋਣਗੇ ਖੈਨੀ ਵਾਲੇ ਫਿਰ ਖੈਨੀ ਅੱਗੇ ਥੋੜ੍ਹੀਆਂ ਹੁੰਦੀਆਂ ਹੈਗੀਆਂ ਤੁਸੀਂ ਨਾਲ ਚੱਲੋ ਚਲੋ ਨਾਲ ਲੈ ਜਾਓ ਭਾਈ
ਉਹ ਆਖਦੇ ਹੋਣੇ ਇਹਨਾਂ ਨੇ ਨਾਲ ਕੀ ਕਰਨਾ ਸਾਡੇ ਤਾਂ ਅੱਗੇ ਬੇੜਾ ਪਾਤਾ ਪਹਿਲੇ ਦਿਨ ਚ ਹੀ ਇਹਨੇ ਸਾਡਾ ਪੱਠਾ ਖੋਲਤਾ ਕਿਉਂ ਨਹੀਂ ਨਾਲ ਜਾ ਸਕਦੇ ਹਾਂ ਮੇਰੀ YouTube ਫੈਮਿਲੀ ਪਰਿਆ ਪੈਣਾ ਅੰਦਰੋਂ ਜ਼ਿਆਦਾ ਰਸ਼ ਹੋ ਜਾਏਗਾ ਫੈਮਿਲੀ ਵੱਡੀ ਹੈ ਲੈ ਹੋਰ ਵੱਡੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਸੋ ਗਾਈਜ਼ ਆਪਾਂ ਹੋ ਗਏ ਸੀ ਰੈਡੀ ਦੀਦੀ ਵੀ ਰੈਡੀ ਹੈ ਦੀਦੀ ਡੋਲ ਵਾਂਗੂ ਲੱਗਦੇ ਪਏ ਆ ਹੈਗੇ ਡੋਲ ਜੇ ਆ ਤੇ ਹੁਣ ਆਪਾਂ ਚੱਲਨੇ ਆ ਗੌਰ ਕਰੀ ਫੂਕ ਲਈ ਦੀਦੀ ਕੋਲ ਜਾ ਕੇ ਰਹੇਗੀ ਉਹ ਐਂ ਕਹੇਗੀ ਸੋਹਣੀ ਐਂ ਥੋੜੀ ਆਖੇਗੀ ਦੀਦੀ ਤੁਸੀਂ ਸੋਹਣੇ ਨਹੀਂ ਗੇ ਤੁਸੀਂ ਤਾਂ ਐਵੇਂ ਹੋ ਬਾਕੀ ਠੀਕ ਹੈ ਮੈਂ ਤੁਹਾਡੇ ਕੋਲ ਰਹਿ ਲੈਣੀ ਜੇ ਚਲੋ ਠੀਕ ਹੈ ਬਸ ਇੱਕ ਚੀਜ਼ ਹੈ ਨਾ ਰੀਲਾਂ ਵਾਲੇ ਦੇ ਰਿਲੇਸ਼ਨ ਬਹੁਤ ਘੱਟ ਬਣਦੇ ਆ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਹਰੇਕ ਨੂੰ ਆਪਦਾ ਐਟੀਟਿਊਡ ਪਿਆਰਾ ਹੈ ਜਾਂ ਫੇਮ ਪਿਆਰਾ ਹੈ ਜਾਂ ਕੀ ਪਿਆਰਾ ਪਤਾ ਨਹੀਂ ਅੱਜ ਬਹੁਤ ਜ਼ਿਆਦਾ ਹੁਣ ਆਪਾਂ ਮੈਂ ਇਹਨਾਂ ਸਾਹਮਣੇ ਆਹ ਦੇਖ ਲਓ ਪਹੁੰਚ ਗਏ ਆ ਉਹ ਬਾਹਰ ਹੈਗਾ ਆ ਗੋਲਫ ਗਰਾਊਂਡ ਬਾਹਰ ਜਾ ਕੇ ਦਿਖਾਉਣੀ ਆ ਚਲੋ ਚੱਲ ਇਹ ਖੇਡੂਗੀ ਹੁਣ ਬੈਟ ਬੋਲ ਚੱਲ ਕੈਰਮ ਬੋਰਡ ਖੇਡਣ ਵਾਲੀ ਹੈ ਤਾਂ ਕੋਚ ਸਾਹਿਬ ਫੇਰ ਹੋਇਆ ਮੂਰੇ ਅੱਲ ਕੋਚ ਸਾਹਿਬ ਤਾਂ ਹੋਇਆ ਮੂਰੇ ਤੇ ਇੱਕ ਤਾਂ ਨਾ ਪੰਜਾਬੀ ਬਹੁਤ ਤਕੜੀ ਬੋਲਦੇ ਬੱਚੇ ਤੂੰ ਵਾਲ ਕਿਵੇਂ ਹੰਸ ਰਾਏ ਹੰਸ ਸਿੰਘ ਕਰਾਏ ਹੈ ਕੀ ਚੱਕਰ ਹੈ ਇਹ ਕੋਚ ਸਾਹਿਬ ਹੋਇਆ ਮੂਰੇ ਕੋਚ ਸਾਹਿਬ ਨੂੰ ਸਭ ਖੇਡਣਾ ਆਉਂਦਾ ਆਲ ਰਾਊਂਡਰ ਹੈ ਚਲੋ 1 ਚਲੋ ਓ ਸ਼ੁਕਰ ਓ ਪ੍ਰਵਾ ਅੱਲ ਚਲੋ ਚਲੋ ਹਾਂ ਬਹੁਤ ਵਧੀਆ ਇਹਦੇ ਤਾਂ ਸਾਰੇ ਪੁਆਇੰਟ ਆ ਹੁਣ ਵਾਰੀ ਹੈ ਦੀਦੀ ਦੀ ਉਹ ਤੇਰਾ ਪਰ ਅੱਲ ਹੈ ਕੀ ਇਹ ਵੀ ਪਹਿਲੀ ਵਾਰੀ ਆਇਆ ਮੈਨੂੰ ਲੱਗਦਾ ਅੱਛਾ ਇਹਦੇ ਚ ਕੀ ਬਾਤ ਓਏ ਕੀ ਆ ਨਾ ਇਹ ਕਿਦਾਂ ਦੀ ਗੇਮ ਆ ਨਾ ਪਹਿਲਾਂ ਬੋਲੋ ਸਿੱਟੀ ਜਾਓ ਬਾਅਦ ਚੋਂ ਕਾਰ ਤੇ ਚੱਕਣ ਚੱਲ ਜੁਲ ਇਹ ਕੀ ਗੇਮ ਆ ਪਟਾਕਿਆਂ ਧੂੰਆਂ ਵਾਲੇ ਵੀ ਚੜੀ ਜਾਂਦਾ ਗੋਲਫ ਗਰਾਊਂਡ ਕਿੰਨੇ ਮੇਰੀ ਵਾਰੀ ਨਹੀਂ ਕਰੋ ਹੁਣ ਭਾਜੀ ਦੀ ਵਾਰੀ ਆ ਹੁਣ ਭਾਜੀ ਦਾ ਪੈਕ ਨਾ ਡਿੱਗ ਪੇ ਚੱਲ ਲੈ ਭਾਜੀ ਆ ਗਿਆ ਚਲੋ ਹੁਣ ਭਾਜੀ ਦੀ ਪਹਿਲਾਂ ਵਾਲੀ ਉੱਚ ਗਈ ਸੀਗੀ ਹੁਣ ਦੁਬਾਰਾ ਅੱਛਾ ਨਹੀਂ ਪਹਿਲਾਂ ਉੱਚ ਨਹੀਂ ਗਈ ਫਲੈਗ 'ਚ ਉਹ ਤੇਰਾ ਭਲਾ ਹੋ ਜੇ ਇਹ ਖੇਡਦਾ ਚਿੜੀ ਬੱਲਾ ਆ ਲੈ ਕੀ ਬਾਤ ਹੈ ਕਿਆ ਬਾਤ ਨੂੰ ਲੱਖ ਰੁਪਏ ਜਿੱਤ ਗਿਆ ਕੀ ਬਾਤ ਤਾਂ ਭਾਜੀ ਸਿਰਾ ਹੀ ਲਾਤਾ ਚੋਟਾ ਲਾਤਾ ਭਾਜੀ ਉਹ ਚ ਗਈ ਆ ਵੱਡੇ ਵਾਲੇ ਚ ਨਹੀਂ ਹੈ ਨਹੀਂ ਓਏ ਪਾਨਣਾ ਦੇ ਸਕਰੀਨ ਜੀ ਉਹਨਾਂ ਦੀ ਉਹਨੂੰ ਮਾਰਦੇ ਪਏ ਆ ਪਹਿਲੀ ਵਾਲੀ ਭਾਜੀ ਦੀ ਗਈ ਸੀ ਕਿ ਉਹਦੇ ਚ ਭਾਜੀ ਦੀ ਆਹ ਨਹੀਂ ਨਾਲ ਨਾਲ ਖੜੀ ਜਿਹੜੀ ਪਤਾ ਨਹੀਂ ਹੁਣ ਬਾਲ ਗਈ ਸੀ ਦੀਦੀ ਦੀ ਇੱਚ ਗਈ ਸੀਗੀ ਮੇਰੀ ਇੱਥੇ ਕਿਤੇ ਰਹਿ ਜਾਂਦੀ ਹੈ ਗਾਈਸ ਮੇਰੀ ਕਲਿੱਪ ਨਹੀਂ ਬਣੀ ਪਰ ਮੇਰਾ ਸਕੋਰ ਬਣੀ ਆ ਅੱਛਾ ਉਹ ਦੇਖੋ ਮੈਕ ਜੀ ਦੇ ਸਭ ਤੋਂ ਜ਼ਿਆਦਾ ਆ 21 ਮਿਕ ਭਾਈ ਦੇ 6 ਕਿਉਂਕਿ ਉਹਨਾਂ ਨੇ ਖੇਡੀ ਨਹੀਂ ਜ਼ਿਆਦਾ ਉਹਨਾਂ ਦੀ ਸਭ ਤੋਂ ਘੱਟ ਬਾਲਸ ਵੀ ਆ ਉਹਨਾਂ ਨੇ 5 ਮੇਰੇ 9 ਸਕੋਰ ਬਣੇ ਆ 7 ਬਾਲਸ ਵੀ ਆ ਦੀਦੀ ਦੇ ਸਭ ਤੋਂ ਫਿਰ ਹੁਣ ਦੀਦੀ ਨੂੰ ਕੀ ਕੁੰਡੇ ਵਾਲਾ ਕੱਪ ਦਿਓਗੇ ਤੁਸੀਂ ਕਿ ਪੈਕਟ ਪੈਕਟ ਦਿਓਗੇ ਇਹ ਤਾਂ ਨਾ ਆ ਰੋਮਾਂਚਿਕ ਪ੍ਰੋਗਰਾਮ ਵੇਖ ਕੇ ਮੈਨੂੰ ਲੱਗਦਾ ਕਿ ਅਗਲੇ ਚ ਰਿਪਲਾਈ ਕਰੂਗੀ ਮੋਕਟੇਲਸ ਮੰਗਾਈਆਂ ਸਾਡਾ ਖਾਣਾ ਆ ਰਿਹਾ ਹਨਾ ਕੀ ਮੰਗਾਇਆ ਆਪਾਂ ਬਰਗਰ ਬੁਰਗਰ ਬੁਰਗਰ ਮੰਗਾਇਆ ਪਰਲੇ ਪਾਸੇ ਵੀ ਜਨਤਾ ਲੱਗੀ ਪਈ ਸਾਰੇ ਬੋਲਾਂ ਧਰਤਾ ਸਿੱਟਣ 'ਤੇ ਜ਼ੋਰ ਦਿੱਤਾ ਕਮਾਲ ਦੀ ਗੱਲ ਹੈ ਇਹਨਾਂ ਨੇ ਬੰਦੇ ਅੱਧੇ ਤਾਂ ਬੋਲਾਂ ਇਕੱਠੀਆਂ ਕਰਨ ਨੂੰ ਰੱਖੇ ਹੋਣੇ ਆ ਇਹ ਕੀ ਇਹ ਇਹ ਕਿੱਦਾਂ ਦੀ ਗੇਮ ਆ ਨਾ ਯਾਰ ਵੈਸੇ ਬੋਲ ਮਾਰੋ ਕਾਰ 'ਤੇ ਜਾ ਕੇ ਲੈ ਆਓ ਤੁਰ ਕੇ ਜਾਓ ਯਾਰ ਤੁਹਾਡੀ ਐਕਸਰਸਾਈਜ਼ ਹੋਵੇ ਅਸੀਂ ਕਿਉਂ ਜਾਈਏ ਸਾਡੀ ਤਾਂ ਆਪਣੀ ਮਸ਼ੀਨ ਲੈ ਕੇ ਆਊਗੀ ਚੱਲ ਓ ਮਾਰਿਆ ਸ਼ਾਟ ਗਈ ਹੈ ਸ਼ਾਗੀ
गाइज अपना खान नू आ गया होया यार। मेनू कमेंटा च दस्यो, मेनू नहीं पता गा जिहड़े जवाक पढ़ाई छड्ड दिंदे छड्ड दिंदा जाके पता नहीं की हिसाब किताब। वैसे पढ़ाई पक्के हुंदे कई, पता नहीं यार मैनूं तां दिवाली अमरीका मनन गई चली, चलो स्नेहा को मना ली कनेडा एंजलर को ਪਾਜੀ ਉੱਧਰ ਰੋਲ ਆ ਰਹੇ ਆ ਪੁਸ਼ਪਿੰਸ। ਅੱਛਾ ਹੁਣ ਆਪਾਂ ਦੇਖਦੇ ਆ ਜੇ ਫਿੱਟ ਆਉਂਦਾ ਆ ਫਿਰ ਆਪਾਂ ਚਲਾਵਾਂਗੇ ਦੀਵੇ। ਕੰਨ ਤੇ ਟੰਗ ਦੇਂਗੀ। ਵੈਸੇ 1% ਪਾਜੀ ਤੇ ਦੀਦੀ ਦੇ ਮਨ ਚ ਤਾਂ ਗਿਆ ਹੋਣਾ ਕਾਸ਼ ਇੱਥੇ ਆਂਦੀ ਵਲੌਗ ਨਾ ਬਣਾਉਂਦੀ ਜਾਂ ਸਾਨੂੰ ਚੈੱਕ ਹੀ ਕਰਾ ਦਿੰਦੀ। ਆਹ ਵਾਲੇ ਗਾਈਸ ਆਪਾਂ ਦੀਵੇ ਲੈ ਕੇ ਆਏ ਆ, ਬਾਹਰ ਦੀਵੇ ਵੀ ਫੈਂਸੀ ਆਉਂਦੇ ਆ ਨਾ, ਸੋਹਣੇ ਆ ਨਾ ਦੀਵੇ। ਇੱਕ ਮਟਕੇ ਵਾਲੇ ਵੀ ਆ, अपने सोहने लगते हैं। हाँ हाँ वधिया वधिया सिरा ही आ, इन्हां दी भाषा ही होर हो जाती है। इन्हां नूं ऐ हुंदा वी असीं जे ज़्यादा बोलांगे साडा नुकसान हो जूगा, जे साडी एनर्जी वेस्ट हो जूगी। आपां कहिंदे होर भाई ठीक आ, हाँ हाँ वधिया तूं सुना होर ठीक आ, घरे सारे सोहने लग रहे आ, ठीक आ, ओके आ, होर ठीक आ, रखो सर। दीवे सारे सजाले हुए आ, उदो आपां घर दे बाहर रखे आ। इक दीदी इहनां दा व्लॉग नहीं पाउंदी, की गल दीदी हरे माइंड कर जांदे आ जां तेरा जी नहीं दीदी हरे नूं व्लॉगां च लैके आंदा। महकदी यार महकदी ਪੰਦਰ ਰੱਖਿਆ ਆ, ਇਹ ਆਪਾਂ ਇੱਥੇ ਟਿਕਾਏ ਆ, ਬਹੁਤ ਜ਼ਿਆਦਾ ਸੋਹਣੇ ਲੱਗ ਰਿਹਾ ਤੇ ਸਾਰਿਆਂ ਨੂੰ ਸਾਰਿਆਂ ਵੱਲੋਂ ਹੈਪੀ ਦੀਵਾਲੀ। ਭਈਆ ਓ ਸਤਿ ਸ੍ਰੀ ਅਕਾਲ ਬਾਈ ਜੀ, ਹਾਂ ਦੀਵਾਲੀ ਦੇ ਵਿੱਚ ਮੈਂ ਤੇਰੇ ਕੀ ਕੀ ਬਣਾਇਆ ਦੇਖੀ ਇਧਰ। ਅੱਛਾ ਹੈਲੋ, ਘਰ ਸਾਰਾ ਦਿਨ ਆਈ ਲੱਗੀ ਰਹੀ ਆ, ਦੀਵਾਲੀ ਦੀ ਸਬਜ਼ੀਆਂ ਬਣਾਈਆਂ, ਨਾਨ ਬਣਾਏ ਘਰ ਅੱਜ, ਪ੍ਰੈਕਟੀਕਲ ਦੇਖ ਹਾਲ ਦੇਖੀ ਦਾ ਤੈਨੂੰ। ਚਲੋ ਹਾਲ ਆ बाहर गई सी मेरे दुध लैन पैकेट पूजा अंकल जी रिया की करे इत्थे आज, मेनू लगता अंकल जी उन्हें चढ़ाई जांदे आ भी तू इत्थे रिया ओ सुन रब्बा मेरे एक तां नामा जी बदल होया हुंदा बंदा पीपीआर मॉल ओ उत्थे पीपीएफ कराउण नूं फिरदी आपदी कार ते अंकल पीपीआर मॉल ही विखाई जांदे आ, ओहदी विचारी दी जिंदगी दी पीपीएफ खराब होई पई आ। अंकल नू कह दिंदे कि तुसीं व्लॉग बना लो विच ऐड कर देंगे ना, ठीक गल आ। हैलो मंदर देख, हैलो मंदर नाइस है जी।
अंकल जी मंदिर के अंदर ब्लॉग बनाई जाने मैं अपन कई अनुवत होंगी ना आप गुरुद्वारा साहब जाके स्टोरी पा दें मैं भी हॉल के अंदर मैं स्टोरी पाई सी मैंने किसी का मैसेज आया तू लोगों को विखाने जाना या आपदे जाना मैं खा लावा आपदे आपको जाना पाठ करके पाती कहते कदे भी सेवा करनी है या रब ना लेना कई कर देंगे कई आखते यार ये दिखावा दिखावा तुम भी करो या हरेक की आपदे डिफरेंट डिफरेंट सोच होंगी है ना कई हूँ करन औजले का करन औजले ने सेवा की दिवाली से है ना जिम्मे वंडे से फूड वंडे तो उन्हें क्या यार सारे वधाइया दिवाली के बंदे छोड़ दिए पर लोगों ने आख्या यार तू विखावा करी ने जे वो कहता भाई मैं मैनू वेख के चार होर करे मैं तो किया है ना मैं पकड़ा पहला भी हूँ कई कई दिखा के खुश है कई ना दिखा के खुश है सो जिन्ना क होंगे यार बाकी सेवा कराया करो जे रब थोड़ा इन्ना दे कुछ देना थोड़ा घटना नहीं थोड़ा होर आऊगा ही ओबियस जी गल है मेरी प्रत्याई गल सो जिन्ना वंडोंगे उन्ना ही आऊगा सो वधिया गल है सेवा तो करनी चाहिए जय माता रिया कितने आ अंकल जी घर भी आ गए ओ जय हनुमान कनेडा चलिया दुबई दुबई मुड़ के आ गया बस पता नहीं कदों जाऊगा हुण मैं तो लगे कि टप गया हूँ गए अच्छा बना लेंगे ब्लॉग अंकल जी नाइस है बेटे वेरी नाइस अभी कितने लगी थे हैं चल चलो सारे रिया नू हैप्पी दिवाली कर दी ए चलो लवान हैप्पी दिवाली रिया ओ बोल दी नहीं बेटा मुंह में वो है ना दांत दांत के बीच में जबान है उसको थोड़ा सा खोलो और बोलो इधर हैप्पी दिवाली बोल हैप्पी दिवाली किनको बोल रही है और इधर मुंह करके बोल हैप्पी दिवाली रिया हैप्पी दिवाली ये का तो टेंशन चा इनू के पटाके नहीं दवाए के चक्करियां दवाती है नार दवाए नहीं हैप्पी दिवाली ओ बेचारी कहंदी होगी आप अमेरिका घूमी आंदी कोई 4 रुपए पा दे बंब ले ला मैं ये का तो रूसी है खाण पीन समान तो बथेरा आ गया घरे दिवाली च रुसी हो सकती है और तो कुछ नहीं चल अच्छा अंकल वाले ब्लॉग बनाई जाते हैं सो ए अंकल नू ब्लॉग बना ही लिया कोई गल नहीं आओ यार अज आप कमेंट पढ़ लिए कमेंट टू मच इंपोर्टेंट है फिर नहीं तो थोड़ा पता ना कमेंट पढ़िया करो तुम वधिया वधिया कमेंट कराया करो जिसे ते रोमांचिक प्रोर पाई दा उहदा टॉपिक लैके कमेंट ना कराया करो चलो कमेंट पढ़िए लो जी सारे हैप्पी दिवाली हो गई सो कोई गल नहीं यार जिहदी भी सीगी ठीक है लेबर सी तो लेबर की हो सकती है की कह सकते हुण लेबर दिवाली करके बस लेबर दिवाली तो एक दिन पहले भी लेबर की हो सकती कोई गल नहीं भाजी के मूँह खवा दें भाजी तो बोला सुट्ट तो लग्या चलो आओ कमेंट पढ़ लिए नमस्कार भैया भाई जी कमा हो ठीक हा मैं उदो तो तुम्हें देखता जो 5-10 मिनट की वीडियो बनाते अच्छे 4-5 साल पहले बहुत वधिया लगता है तुहाडा प्रोग्राम वीर जी मैं पर मैं तुहाडे व्लॉग बहुत मिस करदा व्लॉग यार ब्रो पान नूं जी नहीं करता जिंदगी बाली परसनल कर लीती गई है टू मच पर हाँ मैं कदे कदे आखदा किसी नूं कार लै लो नहीं विखाउणी चाहिए हुण जिवें जनता मैनूं पुछदी है कि गड्डी लई बई जी कि लई ओ कोई नहीं लई ओ भरावा हजे मैं जो लई दस दूंगा कोई गल नहीं इन्ना भी मैं आपदी जिंदगी नूं ओला नहीं रखी जांदा जिहड़ा कोई गल नहीं दस दांगे जिहड़ी लई हजे मैं लोकां दी कारां ते स्टोरियां पाउणा दस दांगे जदों टाइम आया अगला अगला नहीं आही है पर मैं तुहाडा ब्लॉग बहुत मिस करदा सारे याद हासी तुहाडे ब्लॉग ज़्यादा जदों तुसीं पेंट दा काम लगवाया सी लव यू सो मच यार नेम लै लियो वीडियो च एक बार मयंक तो ज़्यादा वधिया लगता प्रोग्राम क्योंकि वह है ही फुकरा मयंक वेख ला तेरे फैन है ना सो दीपू दीपू जासरोतिया पता नहीं की नाम से भाई जो बहुत बहुत धन्यवाद भरा तेरा सर तुम मेरा कमेंट जरूर स्टडी करो स्टडी करो स्टडी करन में कि नॉन मैडिकल का कमेंट मारे स्टडी करो आई एम योर बिग फैन सर ताडे ताडे डायलॉग चलो वधिया बहुत वधिया लगता मैं मैनू चलो कोई गल नहीं अगला कमेंट ਬਈ ਅਸੀਂ ਵੀ US ਰਹਿੰਦੇ ਹਾਂ ਬਟ ਇਹ ਸਾਨੂੰ ਫਲਾਈਟ ਲੇਹ ਦਾ ਮੈਸੇਜ ਤਾਂ ਆਉਂਦਾ ਬਟ ਫਲਾਈਟ ਅਰਲੀ ਹੋ ਜੇ ਇਹ ਤਾਂ ਅੱਜ ਤੱਕ ਇੱਦਾਂ ਕਦੀ ਨਹੀਂ ਹੋਣਿਆ ਇਹ ਭਰਾਵਾ ਇਹ ਤਕੜੇ ਬੰਦੇ ਆ ਤੁਹਾਨੂੰ ਨਹੀਂ ਪਤਾ ਇਹਨਾਂ ਨੂੰ ਆ ਜਾਂਦੇ ਮੈਸੇਜ ਇਹਨਾਂ ਨੂੰ ਸਿੱਧਾ ਆਖ ਦਿੰਦੇ ਜਹਾਜ਼ 'ਤੇ ਕੱਪੜਾ ਨਹੀਂ ਵੱਜਿਆ ਹੋਏ ਤੁਸੀਂ ਰੁਕੇ ਆਇਓ ਹਾਂ ਬੀਬਾ ਫਲਾਈਟ ਦੀ ਬੋਰਡਿੰਗ ਤੁਹਾਡੇ ਲਈ ਓਪਨ ਰਹੂਗੀ ਕਿਉਂਕਿ ਤੁਸੀਂ ਬਹੁਤ ਵੱਡੇ ਵਲੋਗਰ ਹਾਲ ਲੋਲ ਪਤਾ ਨਹੀਂ ਭਰਾ ਕੌਣ ਹੈ ਇਹਨਾਂ ਨੂੰ ਦੇਖਦਾ ਇਹ ਤਾਂ ਮੈਨੂੰ ਵੀ ਨਹੀਂ ਸਮਝ ਆਉਂਦੀ ਯਾਰ ਮਤਲਬ ਸਾਡੇ ਵਰਗਾ ਇੰਨਾ ਜ਼ੋਰ ਲਾ ਕੇ ਰੋਸ ਰੂਸਟ ਪਾਉਂਦੇ ਜਿਹਦੇ ਹੈ ਨਾ ਇਹ ਤਾਂ ਬਸ ਨਾਰਮਲ ਵਲੋਗਿੰਗ ਚੱਲਦੀ ਹੈ ਫਿਰ ਵੀ ਸੌ ਸੌ ਕੇ ਇਹਨੂੰ ਹੱਥ ਮਾਰ ਹੀ ਲੈਂਦੇ ਸਾਡੇ ਵਰਗਾ ਵੇਖਦੇ ਰਹਿੰਦਾ ਕਦੋਂ 50 ਟੱਪੇ ਕਦੋਂ 20 ਟੱਪੇ ਕਦੋਂ 30 ਟੱਪੇ ਚਲੋ ਕੋਈ ਗੱਲ ਨਹੀਂ ਸੋ ਬਹੁਤ ਬਹੁਤ ਧੰਨਵਾਦ ਭਰਾ ਤੁਹਾਡਾ ਵੀ
ਓਕੇ ਜੀ ਬਾਬੇ, ਮਿਲਦੇ ਫਿਰ ਅਗਲੇ ਗੱਲਬਾਤ ਦੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ। ਸਨੈਪਚੈਟ ਅਤੇ ਇੰਸਟਾਗ੍ਰਾਮ ਆਊਗਾ ਕਿ ਮੈਨੂੰ ਉੱਥੇ ਜਾ ਕੇ ਐਡ ਕਰ ਲਿਓ। ਮੈਨੂੰ ਸਨੈਪਚੈਟ ਜਦੋਂ ਮੈਂ ਲਾਈਵ ਹੋਣਾ ਮੈਨੂੰ ਪੁੱਛੀ ਜਾਣ ਕਿ ਬਾਈ ਤੇਰੀ ਸਨੈਪਚੈਟ ਆਈ ਡੀ ਕੀ ਹੈ, ਬਾਈ ਤੇਰਾ ਇੰਸਟਾਗ੍ਰਾਮ ਕੀ ਹੈ, ਯੂਟਿਊਬ 'ਤੇ ਲਾਈਵ ਹੋਣਾ, ਉਹ ਅੱਗੇ ਪਾਈ ਹੈ ਉੱਥੇ ਐਡ ਕਰੋ ਜਾ ਕੇ। ਜਿੰਨੇ ਜਣੇ ਵੇਖਦੇ ਪਏ ਹੋ ਉਨੇ ਜਣੇ ਜਾਓ ਅਤੇ ਸਨੈਪਚੈਟ ਅਤੇ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਲਓ ਬਾਈ, ਸਬਸਕ੍ਰਾਈਬ ਕਰ ਦਿਓ। ਗਲੀਆਂ ਦੀ ਨੌਲੇਜ ਬਥੇਰੀ, ਜੱਟ ਨੂੰ ਨੀ ਹਾਲੇ ਲਿਖਦਾ ਨੀ ਗਾਣੇ ਮੈਂ ਕਿਤਾਬ।